ਅੱਜ ਦੀ ਕਹਾਣੀ ਹੈ ਕਿਸਮਤ ਵੱਡੀ ਜਾਂ ਮਿਹਨਤ। ਇੱਕ ਚਾਟ ਵਾਲਾ ਸੀ। ਜਦੋਂ ਵੀ ਚਾਟ ਖਾਣ ਜਾਓ ਇਸ ਤਰ੍ਹਾਂ ਲੱਗਦਾ ਜਿਵੇਂ ਸਾਡਾ ਹੀ ਰਾਹ ਦੇਖ ਰਿਹਾ ਹੋਵੇ। ਹਰ ਵਿਸ਼ੇ 'ਤੇ ਉਸ ਨਾਲ ਗੱਲ ਕਰਨ ਦਾ ਮਜ਼ਾ ਹੀ ਵੱਖਰਾ ਸੀ। ਕਈ ਵਾਰ ਤਾਂ ਉਹਦੀਆਂ ਗੱਲਾਂ ਹੀ ਨਾ ਮੁੱਕਣੀਆਂ ਅਤੇ ਉਸਨੂੰ ਕਹਿਣਾ ਪਿਆ ਕਰਨਾ ਕਿ ਭਰਾਵਾ ਜਲਦੀ ਚਾਟ ਲਾ ਦੇ, ਲੇਟ ਹੋ ਗਏ। ਇੱਕ ਦਿਨ ਅਚਾਨਕ ਕਰਮ ਅਤੇ ਕਿਸਮਤ 'ਤੇ ਗੱਲਬਾਤ ਹੋਣ ਲੱਗੀ। ਮੈਂ ਸੋਚਿਆ ਚੱਲ ਅੱਜ ਇਹਦੀ ਫਿਲੋਸਫੀ ਦੇਖਦੇ ਹਾਂ। ਮੈਂ ਉਸਨੂੰ ਸਵਾਲ ਕੀਤਾ, ਬੰਦਾ ਆਪਣੀ ਮਿਹਨਤ ਨਾਲ ਅੱਗੇ ਵੱਧਦਾ ਹੈ ਜਾਂ ਕਿਸਮਤ ਨਾਲ? ਉਸਦਾ ਜਵਾਬ ਸੁਣ ਕੇ ਮੇਰੇ ਦਿਮਾਗ ਦੇ ਸਾਰੇ ਸ਼ੰਕੇ ਸਾਫ਼ ਹੋ ਗਏ। ਉਸਨੇ ਜਵਾਬ ਦਿੱਤਾ, ਤੁਹਾਡਾ ਕਿਸੇ ਬੈਂਕ ਵਿੱਚ ਲਾਕਰ ਤਾਂ ਹੋਵੇਗਾ ਹੀ, ਉਸਦੀਆਂ ਚਾਬੀਆਂ ਹੀ ਇਸ ਸਵਾਲ ਦਾ ਜਵਾਬ ਹਨ। ਉਸਨੇ ਕਿਹਾ, ਹਰ ਲਾਕਰ ਦੀਆਂ ਦੋ ਚਾਬੀਆਂ ਹੁੰਦੀਆਂ ਹਨ, ਇੱਕ ਚਾਬੀ ਮੈਨੇਜਰ ਕੋਲ ਅਤੇ ਇੱਕ ਤੁਹਾਡੇ ਕੋਲ। ਤੁਹਾਡੇ ਕੋਲ ਜਿਹੜੀ ਚਾਬੀ ਹੈ ਉਹ ਮਿਹਨਤ ਵਾਲੀ ਅਤੇ ਮੈਨੇਜਰ ਕੋਲ ਕਿਸਮਤ ਵਾਲੀ। ਜਦੋਂ ਤੱਕ ਦੋਵੇਂ ਚਾਬੀਆਂ ਨਹੀਂ ਲੱਗਦੀਆਂ ਲੋਕਰ ਖੁੱਲ੍ਹ ਨਹੀਂ ਸਕਦਾ। ਆਪਾਂ ਕਰਮ ਕਰਨ ਵਾਲੇ ਇਨਸਾਨ ਹਾਂ ਅਤੇ ਮੈਨੇਜਰ ਰੱਬ ਹੈ। ਸਾਨੂੰ ਆਪਣੀ ਮਿਹਨਤ ਵਾਲੀ ਚਾਬੀ ਲਗਾਉਂਦੇ ਰਹਿਣਾ ਹੈ, ਕਿਉਂਕਿ ਪਤਾ ਨਹੀਂ ਕਦੋਂ ਰੱਬ ਆਪਣੀ ਚਾਬੀ ਵੀ ਲਾ ਦੇਵੇ। ਕਿਤੇ ਇਹ ਨਾ ਹੋਵੇ ਕਿ ਪਰਮਾਤਮਾ ਆਪਣੀ ਕਿਸਮਤ ਵਾਲੀ ਚਾਬੀ ਲਾਈ ਜਾਵੇ ਪਰ ਅਸੀਂ ਅਵੇਸਲੇ ਹੋ ਕੇ ਬੈਠੇ ਰਹੀਏ ਅਤੇ ਲਾਕਰ ਖੁੱਲ੍ਹਣੋਂ ਰਹਿ ਜਾਵੇ। ਸੋ ਸਾਨੂੰ ਆਪਣੀ ਮਿਹਨਤ ਹਮੇਸ਼ਾ ਜਾਰੀ ਰੱਖਣੀ ਚਾਹੀਦੀ ਹੈ ਅਤੇ ਕਦੇ ਕਿਸਮਤ ਸਹਾਰੇ ਨਹੀਂ ਬੈਠੇ ਰਹਿਣਾ ਚਾਹੀਦਾ।